ਪੰਜਾਬ ਸਰਕਾਰ ਵੱਲੋਂ ਅੱਜ ਤੋਂ 19 ਫਰਵਰੀ ਤੱਕ ਪ੍ਰੋਗਰੈਸਿਵ ਪੰਜਾਬ ਐਗਰੀਕਲਚਰ ਸਮਿਟ ਕਰਵਾਇਆ ਜਾ ਰਿਹਾ। ਇਸ ਮੌਕੇ ਸਾਡੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਉੱਥੇ ਮੌਜੂਦ ਲੋਕਾਂ ਨਾਲ ਖਾਸ ਗੱਲਬਾਤ ਕੀਤੀ। ਉਹ ਦੇਖਦਿਆਂ ਕੀ ਕਿਹਾ ਉਹਨਾਂ ਨੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਹਿਲੀ ਵਾਰ ਪੰਜਾਬ ਦੀ ਇਤਿਹਾਸਿਕ ਧਰਤੀ ਚੱਪੜਚਿੜੀ ਵਿਖੇ ਖੇਤੀਬਾੜੀ ਸੰਮੇਲਨ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। 4 ਰੋਜ਼ਾ ਇਸ ਸੰਮੇਲਨ ਵਿੱਚ ਖੇਤੀਬਾੜੀ ਸੈਕਟਰ ਨਾਲ ਜੁੜੇ ਹਰ ਪਹਿਲੂ ਨੂੰ ਕਵਰ ਕੀਤਾ ਜਾਵੇਗਾ। ਖਾਸ ਕਰਕੇ ਖੇਤੀਬਾੜੀ ਸੈਕਟਰ ਨਾਲ ਜੁੜੀਆਂ ਮਸ਼ੀਨਰੀਆਂ, ਨਵੀਆਂ ਤਕਨੀਕਾਂ ਅਤੇ ਹੋਰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਨਵੇਂ ਬੀਜ ਆ ਉਹਨਾਂ ਸੰਬੰਧੀ ਪੰਜਾਬ ਭਰ ਤੋਂ ਆਇਆ ਆਉਣ ਵਾਲੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਤੁਸੀਂ ਦੇਖ ਸਕਦੇ ਹੋ ਕਿ ਹਰ ਕੰਪਨੀ ਵੱਲੋਂ ਆਪਣੇ ਆਪਣੇ ਸਟਾਲ ਲਗਾਏ ਗਏ ਨੇ, ਵੱਖਰੇ ਤੌਰ 'ਤੇ ਉਹਨਾਂ ਨੂੰ ਪੰਡਾਲ ਬਣਾ ਕੇ ਦਿੱਤੇ ਗਏ ਨੇ ਜਿਹਦੇ ਵਿੱਚ ਹਰ ਤਰ੍ਹਾਂ ਦੀ ਖੇਤੀਬਾੜੀ ਸੈਕਟਰ ਨਾਲ ਜਿਹੜੀ ਜੁੜੀ ਮਸ਼ੀਨਰੀ ਆ ਉਹਨਾਂ ਨੂੰ ਐਜ਼ ਏ ਐਗਜੀਬਿਸ਼ਨ ਤੌਰ 'ਤੇ ਲਗਾਇਆ ਗਿਆ ਹੈ ਅਤੇ ਆਉਣ ਵਾਲੇ ਕਿਸਾਨ ਯਕੀਨਨ ਤੌਰ 'ਤੇ ਇਸ ਖੇਤੀਬਾੜੀ ਸੰਮੇਲਨ ਦਾ ਭਰਪੂਰ ਫਾਇਦਾ ਚੁੱਕਣਗੇ। ਬਹੁਤ ਵਧੀਆ ਲੱਗਿਆ ਜੀ, ਬਹੁਤ ਅੱਛਾ ਜੀ, ਠੀਕ ਠਾਕ ਹੈ, ਬਹੁਤ ਵਧੀਆ ਭੈਂਸਾਂ ਲੱਗੀਆਂ, ਬਹੁਤ ਵਧੀਆ ਘੋੜੇ ਆਏ ਹੋਏ ਹੈ, ਬਹੁਤ ਵਧੀਆ ਭੇਡਾਂ ਹੈ, ਹਾਂਜੀ ਬਹੁਤ ਬੱਕਰੀਆਂ ਵਧੀਆ ਬਹੁਤ ਹੈ। ਕਿਸਾਨਾਂ ਦਾ ਵੀ ਫਾਇਦਾ ਬਹੁਤ ਅੱਛਾ ਜੀ, ਠੀਕ ਹੈ ਜੀ, ਮਸ਼ੀਨਰੀ ਬਹੁਤ ਵਧੀਆ ਜੀ। ਇਹ ਬਹੁਤ ਅਧਿਕ ਮਹੱਤਵਪੂਰਨ ਹੈ ਕਿਉਂਕਿ ਯਹਾਂ ਪੇ ਕੁਛ ਐਸੀ ਐਸੀ ਮਸ਼ੀਨੇ ਵੀ ਦੇਖਣੇ ਮੈਂ ਆਈ ਹੈ ਕਿ ਜੋ ਕਿ ਕਿਸਾਨ ਕੋ ਕਮ ਸਮੇਂ ਵੀ ਲਗੇ ਔਰ ਅਧਿਕ ਫਸਲ ਵੀ ਲੈ ਸਕੇ ਵੋ ਔਰ ਕਮ ਸਮੇਂ ਮੇਂ ਆਪਣਾ ਕੰਮ ਕਰ ਸਕੇ। ਮਤਲਬ ਇਧਰ ਆਣੇ ਕੇ ਮਤਲਬ ਐਸੇ ਕਿ ਨਯਾ ਟੈਕਨੋਲੋਜੀ ਉਹ ਮਤਲਬ ਕੈਸੇ ਕਿਆ ਹੈ ਹਮੇ ਨਜ਼ਰ ਮੇਂ ਆਏਗਾ ਉਸਕੇ ਦੇਖ ਕੇ ਹਮ ਉਸਕੇ ਇਸਤੇਮਾਲ ਕਰੇਂਗੇ। ਮਤਲਬ ਹਮਾਰਾ ਖਾਦ ਕ੍ਰਿਸ਼ੀ ਕ੍ਰਾਪ ਮੇਂ ਤਾਂ ਐਸੇ ਐਸੇ ਬਹੁਤ ਯੂਸਫੁਲ ਹੁੰਦਾ ਹੈ। ਇਸੇ ਖੇਤੀਬਾੜੀ ਸੰਮੇਲਨ ਵਿੱਚ ਪੰਜਾਬ ਸਰਕਾਰ ਵੱਲੋਂ ਘੋੜਿਆਂ ਵਾਸਤੇ ਇੱਕ ਵੱਖਰਾ ਪੰਡਾਲ ਲਗਾਇਆ ਗਿਆ ਹੈ। ਤੁਸੀਂ ਦੇਖ ਸਕਦੇ ਕਿ ਇੱਥੇ ਵੰਨ ਸਵੰਨੀ ਨਸਲ ਦੇ ਜਿਹੜੇ ਘੋੜੇ ਹੈਗੇ ਨੇ ਉਹ ਇੱਥੇ ਲਿਆਏ ਗਏ ਨੇ ਪ੍ਰਦਰਸ਼ਨੀ ਵਾਸਤੇ ਅਤੇ ਵੱਖ ਵੱਖ ਘੋੜਿਆਂ ਨੂੰ ਚੈਂਪੀਅਨ ਦਾ ਖਿਤਾਬ ਦਿੱਤਾ ਗਿਆ ਕਿਉਂਕਿ ਘੋੜਿਆਂ ਦਾ ਵੀ ਕਾਫੀ ਕੰਪੀਟੀਸ਼ਨ ਹੁੰਦੇ ਰਹਿੰਦੇ ਹੈਗੇ ਨੇ। ਸਾਡੇ ਨਾਲ ਇਹਨੇ ਸ਼੍ਰੇਣੀ ਹੈਗੀ ਹੈ, ਚੈਂਪੀਅਨ ਘੋੜਾ ਹੈਗਾ ਅਤੇ ਨਸਲ ਇਹਦੀ ਹੈਗੀ ਆ ਮਾਰਵਾੜੀ ਦੇ ਮਾਲਕ ਦਾ ਨਾਂ ਬਲਦੀਪ ਸਿੰਘ। ਅਸੀਂ ਬਲਦੀਪ ਸਿੰਘ ਦੇ ਨਾਲ ਗੱਲਬਾਤ ਕਰਦੇ ਹੈਗੇ। ਬਲਦੀਪ ਸਿੰਘ ਜੀ, ਇਹ ਤੁਹਾਡੇ ਘੋੜੇ ਦੀ ਕੀ ਖਾਸੀਅਤ ਹੈਗੀ? ਇਹ ਪਹਿਲਾਂ ਪੰਜਾਬ 'ਚੋਂ ਫਸਟ ਆਏ, ਮੁੜ ਕੇ ਜਿਹੜੀ ਉਹ ਚੈਂਪੀਅਨ ਬਣਿਆ ਜੀ। ਅਤੇ ਮੇਰੇ ਕੋਲ ਘਰ 5-6 ਘੋੜੇ ਹੋਰ ਹੈ ਜੀ, ਮਾਰਵਾੜੀ, ਇੱਕ ਸਿੰਧੀ ਘੋੜੀ ਹੈ, 4 ਮਾਰਵਾੜੀ ਹੈ, ਇੱਕ ਵਛੇਰਾ ਮਾਰਵਾੜੀ ਹੈ। ਘੋੜੀਆਂ ਕ੍ਰੋਸ ਵਾਸਤੇ ਜੀ ਅਤੇ ਸਵਾਰੀ ਵਾਸਤੇ ਜੀ, ਸਵਾਰੀ ਵੀ ਕਰੀਦੀ। ਇਹਨੇ ਘੋੜਾ ਜੀ ਪਿਛਲੀ ਵਾਰ ਵੀ ਚੈਂਪੀਅਨ ਸੀ, ਐਤਕੀ ਵਾਰ ਵੀ ਫਸਟ ਹੈ ਜੀ, ਅਤੇ ਆਉਣ ਕਰਕੇ ਇਹਦਾ ਐਤਕਾਂ 1,00,000 ਰੁਪਈਆ ਜੀ, ਪਿਛਲੀ ਵਾਰੀ 75,000 ਰੁਪਇਆ ਪ੍ਰਾਈਸ ਸੀ ਜੀ। ਨਹੀਂ ਪਹਿਲਾਂ ਤਾਂ ਸ਼ੌਕ ਹੀ ਸੀ ਜੀ, ਪਰ ਹੁਣ ਪੇਸ਼ਾ ਬਣ ਗਿਆ ਜੀ, ਨਾਲ ਆਮਦਨ ਦਾ ਜ਼ਰੀਆ ਵੀ ਹੋ ਗਿਆ ਜੀ ਅਤੇ ਨਾਲ ਸ਼ੌਕ ਵੀ ਹੈ ਜੀ। ਮਾਰਵਾੜ ਦੇ ਨਸਲ 'ਚ ਇਹਨੇ ਪਿਛਲੇ ਸਾਲ ਫਸਟ ਪ੍ਰਾਈਜ਼ ਦਿੱਤਾ ਹੈ 2 ਦੰਦ 'ਚ ਅਤੇ ਐਤਕੀ 3rd ਨੰਬਰ 'ਤੇ ਆਇਆ ਇਹ। ਇਹ ਸਾਢੇ 4 ਸਾਲ ਦਾ ਜੀ, ਇਹ 64 ਪੂਰਾ 64 ਹੈ ਜੀ, 64 ਇੰਚ ਕੱਦ ਇਹਦਾ। ਹਾਂਜੀ, ਕੌੜੀਆਂ ਕ੍ਰੋਸ ਕਰਕੇ ਸਾਡੇ ਕੋਲ ਇਹਦੇ 15-16 ਬੱਚੇ ਆ ਗਏ ਨੇ ਜਿਹੜੇ ਕਿ ਬਹੁਤ ਚੰਗੇ ਮਾਰਵਾੜ ਦੀ ਜਿਹੜੀ ਪ੍ਰੋਪਰ ਡੈਫੀਨੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦੇ ਚੰਗੀ ਬਰੀਡ ਬੱਚੇ ਆਏ ਹੋਏ। ਅਤੇ ਬਿਲਕੁਲ ਜੀ, ਇਸ ਤਰ੍ਹਾਂ ਹਰ ਇੱਥੇ ਨਸਲ ਦੇ ਘੋੜੇ ਆ ਗਏ ਅਤੇ ਤੁਸੀਂ ਅੰਦਾਜ਼ਾ ਲਾਇਆ, ਖਾਸ ਕਰਕੇ ਪੰਜਾਬ ਦੀ ਮਾਲਵਿਆਂ ਦੀ ਧਰਤੀ ਹੈ, ਉਹਨੂੰ ਮਾਣ ਬਖਸ਼ ਹੈਗਾ ਕਿ ਉੱਥੇ ਘੋੜੀਆਂ ਘੋੜੇ ਰੱਖਣ ਦਾ ਬਹੁਤ ਰਿਵਾਜ਼ ਹੈਗਾ ਅਤੇ ਖਾਸ ਕਰਕੇ ਮਾਲਵੇ ਦੇ ਜਿਹੜੇ ਜੱਟ ਹੈਗੇ ਨੇ ਉਹ ਘੋੜੇ ਰੱਖਣ ਦੀ ਆਪਣੀ ਇੱਕ ਸਤਿਕਾਰ ਸਮਝਦੇ ਹੈਗੇ ਨੇ, ਮਾਣ ਸਮਝਦੇ ਹੈਗੇ ਨੇ ਅਤੇ ਇੱਕ ਆਪਣਾ ਸਟੇਟਸ ਸਮਝਦੇ ਹੈਗੇ ਨੇ। ਮੱਝਾਂ ਦੇ ਵਿੱਚ ਫਸਟ ਪ੍ਰਾਈਜ਼ ਮਿਲਿਆ, ਉਸ ਤੋਂ ਬਾਅਦ ਫਿਰ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਜੀ 5 ਸਟੇਟਾਂ ਦੀ, ਉਹਦੇ ਵਿੱਚ ਫਿਰ ਫਸਟ ਆਈ ਹੈ ਜੀ। ਅਤੇ ਮਤਲਬ ਪਿਓਰ ਬਰੀਡ ਦੇ ਵਿੱਚ, ਪਿਓਰ ਕੁਆਲਿਟੀ ਦੇ ਵਿੱਚ ਆਪਣੀ ਮਤਲਬ ਇਹਨੇ ਟੌਪ ਕੀਤਾ ਜੀ। ਇੱਕ ਟਾਈਮ ਦਾ ਕਿੰਨਾ ਕਿ ਦੁੱਧ ਦਿੰਦੀ ਹੈਗੀ? ਲਗਭਗ ਜੀ ਇਹ 11 ਲੀਟਰ ਇੱਕ ਟਾਈਮ ਦਾ ਦੁੱਧ ਦਿੰਦੀ ਹੈ, 22 ਕਿਲੋ 24 ਘੰਟੇ ਦਾ ਦੁੱਧ ਦੇ ਰਹੀ ਹੈ ਜੀ। ਆ ਇਹਨੇ 3 ਵਾਰੀ ਇਹ ਨੈਸ਼ਨਲ ਚੈਂਪੀਅਨ ਰਹੀ ਆ, 2011, 2013 ਔਰ 2014 'ਚ, ਅਤੇ ਜਿਹੜੀ ਪਰਲੇ ਸਾਈਡ 'ਤੇ ਆ ਉਹ ਦੁੱਧ ਦੇ ਦੰਦਾਂ 'ਚੋਂ ਫਸਟ ਆਈ ਆ ਵੈੜੀ, ਇੱਕ 5 ਨੰਬਰ 'ਤੇ ਲੱਗੀ ਆ ਔਰ ਇੱਕ ਜਰਸੀ ਆ, 4 ਜਾਨਵਰ ਲੈ ਗਏ ਆ। ਖਾਸ ਕਰਕੇ ਕਹਿੰਦੇ ਹੈਗੇ ਨੇ ਜੀ ਜਿਹਦੇ ਘਰ ਦੁੱਧ ਔਰ ਪੋਤੋ ਨੂੰ ਨਜ਼ਰ ਨਹੀਂ ਲੱਗਣੀ ਚਾਹੀਦੀ ਹੈਗੀ, ਔਰ ਪੰਜਾਬ ਦੇ ਘਰ ਘਰ ਵਿੱਚ ਇਹ ਲਵੇਰੇ, ਖਾਸ ਕਰਕੇ ਲਵੇਰਾ ਰੱਖਿਆ ਜਾਂਦਾ ਹੈਗਾ, ਘੋੜਿਆਂ ਦੀ ਨਸਲ ਰੱਖੀ ਜਾਂਦੀ ਹੈਗੀ ਹੈ, ਅਤੇ ਇਸੇ ਕਰਕੇ ਵਧੀਆ ਨਸਲ ਦੇ ਚਾਹੇ ਮੁਰਾ ਨਸਲ ਦੇ ਹੁਣ ਮੱਝਾਂ ਝੋਟੇ ਰੱਖੇ ਜਾ ਰਹੇ। ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹੈਗਾ ਕਿ ਜਿਹੜੀਆਂ ਮੁਰਾ ਨਸਲ ਹੈਗੀ ਖਾਸ ਕਰਕੇ ਹਰਿਆਣੇ ਦੇ ਵਿੱਚ ਕਾਫੀ ਫੇਮਸ ਹੈਗੀ। ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਇਸ ਖੇਤੀਬਾੜੀ ਸੰਮੇਲਨ ਦੌਰਾਨ ਕਈ ਨਵੀਆਂ ਮਸ਼ੀਨਰੀਆਂ ਵੀ ਵੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ। ਇਸੇ ਤਰ੍ਹਾਂ ਹੀ ਪੰਜਾਬ ਤੋਂ ਆਏ ਜਗਜੀਤ ਸਿੰਘ ਪਾਸੀ ਵੱਲੋਂ ਵੀ ਇੱਕ ਨਵੀਂ ਖੋਜ ਕੀਤੀ ਗਈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਕਿ ਉਹਨਾਂ ਵੱਲੋਂ ਕਿਹੜੀ ਨਵੀਂ ਤਕਨੀਕ ਦੇ ਨਾਲ ਮਸ਼ੀਨਰੀ ਬਣਾਈ ਗਈ ਹੈ। ਪਾਸੀ ਜੀ, ਜਿਹੜੀ ਮਸ਼ੀਨ ਸਾਨੂੰ ਦਿਖਾਈ ਜਾ ਰਹੀ ਹੈ, ਇਹਨੂੰ ਕੀ ਕਹਿੰਦੇ ਹੈਗੇ ਨੇ, ਇਹਦਾ ਪਰਪਸ ਕੀ ਹੈ ਜੀ? ਇਸ ਦਾ ਨਾਮ ਜੀ ਹੈ ਜੀ ਆਪਣੇ ਬੂਮ ਸਪਰੇਅਰ ਹੈ ਜੀ ਇਹ ਜੀ। ਇਹ ਜਿਵੇਂ ਕਿ ਆਪਣੇ ਜਿਵੇਂ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਟਰੈਕਟਰ ਅੰਦਰ ਜਾ ਸਕਦਾ ਜੀ, ਤੇ ਉਹਨਾਂ ਦੇ ਲਈ ਆਪਾਂ ਇਹਨੂੰ ਸਪਰੇਅ ਕਰ ਸਕਦੇ ਹਾਂ। ਤੇ ਜਿਵੇਂ ਕਿ ਆਪਣੇ ਆਲੂਆਂ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਆਪਣੇ ਉਰੇ ਖੇਤੀ ਹੁੰਦੀ ਆ, ਜਿਵੇਂ ਜਲੰਧਰ ਏਰੀਆ ਹੋ ਗਿਆ ਜਾਂ ਹੋਰ ਕਾਫੀ ਏਰੀਏ ਨੇ,
ਅਤੇ ਉਹਨਾਂ ਦੇ ਵਿੱਚ ਜਦੋਂ ਟਰੈਕਟਰ ਅੰਦਰ ਜਾਂਦਾ ਹੈ ਗੰਦ ਦੇ ਨਾਲ ਸਪਰੇਇੰਗ ਵੀ ਕਰ ਸਕਦੇ ਹਾਂ ਅਤੇ ਇਹ ਮਸ਼ੀਨ ਅੰਦਰ 40 ਫੁੱਟ ਆਪਣਾ ਸਪੈਨ ਖੋਲ੍ਹ ਲੈਂਦੀ ਹੈ ਅਤੇ 40 ਫੁੱਟ ਦੇ ਵਿੱਚ ਇਹ ਖੋਲ੍ਹ ਕੇ ਆਪਣੇ ਸਪਰੇਅ ਕਰ ਸਕਦੀ ਹੈ ਅਤੇ ਜਿਹਦੇ ਨਾਲ ਹਰੇਕ ਪੂਰੀ ਐਕੋਰੇਸੀ ਨਾਲ ਜਿੰਨੀ ਤੁਸੀਂ ਦਵਾਈ ਪਾਉਣਾ ਚਾਹੁੰਦੇ ਹੋ ਫਾਰਮਰ 120 ਲੀਟਰ 200 ਲੀਟਰ 300 ਲੀਟਰ ਜਿੰਨੀ ਉਹ ਪਰ ਏਕੜ ਹਿਸਾਬ ਨਾਲ ਪਾਉਣੀ ਚਾਹੁੰਦਾ ਉਹ ਇਹਦੇ ਨਾਲ ਐਡਜਸਟ ਕਰਕੇ ਪਾ ਸਕਦਾ ਹੈ। ਖੇਤੀਬਾੜੀ ਸੈਕਟਰ ਦੀ ਗੱਲ ਕਰੀਏ ਤਾਂ ਦੇਸ਼ ਦੀ ਖੇਤੀਬਾੜੀ ਸੈਕਟਰ 'ਚ ਜਿਹੜੀ ਗਰੋਥ ਹੈਗੀ ਉਹ ਮਹਿਜ਼ 2% ਹੈ। ਕਾਰਨ ਸਾਫ਼ ਹੈ ਕਿ ਸਰਕਾਰਾਂ ਖੇਤੀਬਾੜੀ ਵੱਲ ਧਿਆਨ ਨਹੀਂ ਦਿੰਦੀਆਂ, ਪਰ ਅਜਿਹੇ ਖੇਤੀਬਾੜੀ ਸੰਮੇਲਨ ਕਰਾਉਣੇ ਵੀ ਕਾਬਲੇ ਤਾਰੀਫ ਨੇ, ਪਰ ਸਮੇਂ ਦਾ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਕਿਸਾਨਾਂ ਨੂੰ ਕਿੰਨਾ ਇਸ ਅਜਿਹੇ ਖੇਤੀਬਾੜੀ ਸੰਮੇਲਨ ਤੋਂ ਫਾਇਦਾ ਮਿਲੇਗਾ। ਕੈਮਰਾਮੈਨ ਸੁਖਜਿੰਦਰ ਰਮਾਣਾ ਦੇ ਨਾਲ ਜਗਤਾਰ ਸਿੰਘ ਭੁੱਲਰ, ਡੇ ਐਂਡ ਨਾਈਟ ਨਿਊਜ਼, ਚੱਪੜਚਿੜੀ, ਮੋਹਾਲੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।